ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ PB37 ਮੀਡੀਆ ਅਤੇ ਅਸੀਂ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਆਪਣੇ ਵਿਊਜ਼ ਲਈ ਇੱਕ ਨਵੀਂ ਅਪਡੇਟ ਲੈ ਕੇ। ਅੱਜ ਕੱਲ੍ਹ ਪੰਜਾਬੀ ਇੰਡਸਟਰੀ ਵਿੱਚ ਇੱਕ ਨਵਾਂ ਟਰੈਂਡ ਚੱਲ ਰਿਹਾ ਜੀ ਕਿ ਕੋਈ ਵੀ ਦੋ ਸੈਬਰੀ ਸਿੰਗਰ ਹੁਣ ਰਲ ਕੇ ਸੌਂਗਸ ਕਰ ਰਿਹਾ ਅਤੇ ਗਾਣੇ ਨੂੰ ਕਰ ਰਿਹਾ, ਪ੍ਰੋਜੈਕਟ ਨੂੰ ਕਰ ਰਿਹਾ ਬਹੁਤ ਜ਼ਿਆਦਾ ਵੱਡਾ। ਚਾਹੇ ਆਪਾਂ ਗੱਲ ਕਰ ਲਈਏ ਕਰਨ ਔਜਲਾ ਅਤੇ ਦਿਲਪ੍ਰੀਤ ਢਿੱਲੋਂ ਜੀ ਦਾ ਹੁਣ ਜੱਟ ਅਤੇ ਜਵਾਨੀ ਸੌਂਗ ਆ, ਚਾਹੇ ਗੱਲ ਕਰ ਲਈਏ ਨਿਮਰਤ ਖਹਿਰਾ ਐਂਡ ਅੰਮ੍ਰਿਤ ਮਾਨ ਜੀ ਦਾ ਸਿਰਾ ਹੀ ਹੋਊ ਗਾਣਾ ਹੈ, ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਐਂਡ ਅੰਮ੍ਰਿਤ ਮਾਨ ਦਾ ਬੰਬੀਹਾ ਬੋਲਿਆ ਸੀ, ਕਰਨ ਔਜਲਾ ਜੀ ਦਾ ਗਾਣਾ ਗਿੱਪੀ ਗਰੇਵਾਲ ਦੇ ਨਾਲ ਆ, ਕਾਫੀ ਕਲੈਬੋਰੇਸ਼ਨਸ ਦੇਖਣ ਨੂੰ ਮਿਲਦੀਆਂ। ਅਤੇ ਹੁਣ ਸਾਨੂੰ ਜਿਹੜੀ ਇੱਕ ਤਾਜ਼ਾ ਅਪਡੇਟ ਮਿਲੀ ਆ, ਹੁਣ ਹੋਣ ਜਾ ਰਹੀ ਹੈ ਇੱਕ ਹੋਰ ਬਹੁਤ ਵੱਡੀ ਕਲੈਬੋਰੇਸ਼ਨ, ਅਤੇ ਇਹ ਕਲੈਬੋਰੇਸ਼ਨ ਹੋਣ ਜਾ ਰਹੀ ਹੈ ਜੀ ਅੰਮ੍ਰਿਤ ਮਾਨ ਆਰਨੇਤ ਐਂਡ ਦਿਲਪ੍ਰੀਤ ਢਿੱਲੋਂ ਤਿੰਨਾਂ ਦੀ। ਹਾਂਜੀ, ਇਹ ਤਿੰਨੇ ਪੰਜਾਬੀ ਇੰਡਸਟਰੀ ਦੇ ਅਸਟੈਬਲਿਸ਼ ਸਿੰਗਰ ਕਰ ਰਿਹਾ ਕਿਸੇ ਪ੍ਰੋਜੈਕਟ ਨੂੰ ਇਕੱਠੇ ਸ਼ੂਟ, ਇਹਨਾਂ ਨੂੰ ਸਪੋਟ ਕੀਤਾ ਗਿਆ ਇੱਕ ਪ੍ਰੋਜੈਕਟ ਨੂੰ ਸ਼ੂਟ ਕਰਦੇ ਹੋਏ, ਅਤੇ ਉਸ ਸੈੱਟ ਤੋਂ ਇੱਕ ਤਸਵੀਰ ਸਾਹਮਣੇ ਨਜ਼ਰ ਆਈ ਜਿਹੜੀ ਕਿ ਅਸੀਂ ਆਪਣੇ ਵਿਊਜ਼ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਹੁਣ ਗੱਲ ਇਹ ਹੈ ਕਿ ਜੀ ਆਰਨੇਤ ਵੀ ਇੱਕ ਬਹੁਤ ਵਧੀਆ ਰਾਈਟਰ ਆ ਅਤੇ ਅੰਮ੍ਰਿਤ ਮਾਨ ਵੀ ਬਹੁਤ ਸੋਹਣਾ ਲਿਖਦੇ ਆ, ਦਿਲਪ੍ਰੀਤ ਢਿੱਲੋਂ ਤਾਂ ਸਿਰਫ ਗਾਉਂਦੇ ਹੀ ਆ। ਹੁਣ ਇਸ ਪ੍ਰੋਜੈਕਟ ਦੇ ਵਿੱਚ ਕਿਹਦੇ ਲਿਰਿਕਸ ਆਉਣਗੇ, ਕੌਣ ਕੌਣ ਗਾਊਗਾ ਅਤੇ ਕਿੱਦਾਂ ਗਾਊਗੇ, ਕਿਉਂਕਿ ਦੋ ਜਣਿਆਂ ਦੀ ਕਲੈਬਰੇਸ਼ਨਸ ਤਾਂ ਕਾਫੀ ਚੱਲ ਰਹੀਆਂ, ਹੁਣ ਤਿੰਨ ਜਣਿਆਂ ਦੀ ਕਲੈਬਰੇਸ਼ਨ ਕਿਸ ਤਰ੍ਹਾਂ ਦੀ ਹੋਊਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੂਗਾ। ਸੋ ਰੈਡੀ ਹੋ ਜਾਓ, ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਸਾਨੂੰ ਸੁਪਰ ਡੁਪਰ ਹਿੱਟ ਟਰੈਕ ਸੁਣਨ ਨੂੰ ਮਿਲ ਸਕਦਾ ਆਰਨੇਤ ਅੰਮ੍ਰਿਤ ਮਾਨ ਐਂਡ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਵਿੱਚ। ਦੇਖਦੇ ਰਹੋ PB37 ਮੀਡੀਆ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।